ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਚੰਡਾ ਜੀ ਖਟਕੜ ਕਲਾਂ ਵੱਲੋਂ ਬੰਗਾ ਨਵਾਂ ਸ਼ਹਿਰ ਮੁੱਖ ਮਾਰਗ ਤੇ ਲਗਾਤਾਰ ਦਿਨ ਰਾਤ ਚੱਲਣ ਵਾਲੇ ਲੰਗਰ ਦੀ ਸ਼ੁਰੂਆਤ ਕਰਨ ਹਿੱਤ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਧੰਨ ਧੰਨ ਗੁਰੂ ਅਮਰਦਾਸ ਜੀ ਨੇ ਜਿੱਥੇ ਗੁਰੂ ਰਾਮਦਾਸ ਜੀ ਨੂੰ ਗੁਰਾਈ ਬਖਸ਼ੀ ਉੱਥੇ ਬੌਲੀ ਸਾਹਿਬ ਦੀ ਇਮਾਰਤ ਤਿਆਰ ਕਰਦੇ ਸਮੇਂ ਜਿਨ੍ਹਾਂ ਸੇਵਕਾਂ ਨੇ ਸੇਵਾ ਕੀਤੀ ਉਹਨਾਂ ਵਿੱਚੋਂ 22 ਉੱਤਮ ਪ੍ਰਚਾਰਕ ਚੁਣ ਕੇ ਗੁਰਬਾਣੀ ਤੇ ਧਰਮ ਦੇ ਪ੍ਰਚਾਰ ਹਿੱਤ ਮੰਜੀਆਂ ਅਥਵਾ ਉਪਦੇਸ਼ਕ ਗੱਦੀਆਂ ਬਖਸ਼ੀਆਂ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਵੱਲੋਂ ਥਾਪੇ ਇਹਨਾਂ 22 ਉੱਤਮ ਮੰਜੀਦਾਰਾਂ ਦੇ ਨਾਂ ਸੋਨੇ ਦੇ ਪੱਤਰੇ ਤੇ ਦਰਜ ਹਨ। ਗੁਰਦੁਆਰਾ ਚੰਡਾ ਜੀ ਦਾ ਪਾਵਨ ਅਸਥਾਨ ਗੰਗੂ ਸ਼ਾਹ ਗੜ ਸ਼ੰਕਰ ਵਾਸੀ ਗੁਰੂ ਕੀ ਗਾਗੋ ਦੀ ਗੱਦੀ ਨਾਲ ਸੰਬੰਧਿਤ ਹੈ। ਧੰਨ ਧੰਨ ਬਾਬਾ ਜਵਾਹਰ ਸਿੰਘ ਗੁਰਦੁਆਰਾ ਚੰਡਾ ਜੀ ਪਿੰਡ ਖਟਕੜ ਕਲਾਂ ਦੇ ਵਰਤਮਾਨ ਮੁੱਖ ਸੇਵਾਦਾਰ ਸੰਤ ਬਾਬਾ ਬਰਜਿੰਦਰ ਸਿੰਘ ਜੀ ਅਤੇ ਸੰਤ ਬਾਬਾ ਜਸਦੀਪ ਸਿੰਘ ਮੰਗਾ ਜੀ ਦੀ ਯੋਗ ਅਗਵਾਈ ਹੇਠ ਲੰਗਰ ਪ੍ਰਥਾ ਨੂੰ ਮੁੱਖ ਮਾਰਗ ਤੇ ਸ਼ੁਰੂ ਕਰਨ ਹਿੱਤ 3 ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ। ਗੁਰੂ ਅਮਰਦਾਸ ਜੀ ਦੇ ਵਰਸੋਏ ਅਨੰਦ ਸੇਵਕਾਂ ਅਤੇ ਸੰਤ ਮਹਾਂਪੁਰਸ਼ਾਂ ਵਿੱਚੋਂ ਬਾਬਾ ਖੜਕ ਸਿੰਘ ਜੀ ਗੜ ਗੰਗਾ ਦੀ ਯਾਦ ਵਿੱਚ ਇੱਥੇ ਇੱਕ ਆਲੀਸ਼ਾਨ ਸਮਾਰਕ ਬਣਿਆ ਹੋਇਆ ਹੈ, ਜਿਸ ਦੇ ਨਾਲ ਹੀ ਬਾਬਾ ਸੀਤਲ ਦਾਸ ਜੀ ਦੀ ਸਮਾਧ ਤੇ ਨਾਲ ਇੱਕ ਆਲੀਸ਼ਾਨ ਸਰੋਵਰ ਵੀ ਹੈ। ਇਸ ਪਾਵਨ ਅਸਥਾਨ ਨੂੰ ਜਾਂਦੀ ਸੜਕ ਦੇ ਦੋਨੋਂ ਪਾਸੇ ਲੱਗੇ ਦਰਖਤ ਸਾਨੂੰ ਕੁਦਰਤ ਨਾਲ ਪ੍ਰੇਮ ਕਰਨ ਦੀ ਸੋਝੀ ਬਖਸ਼ਦੇ ਹਨ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ 3 ਰੋਜ਼ ਤੋਂ ਚੱਲ ਰਹੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਉਸ ਅਕਾਲ ਪੁਰਖ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤ ਨੂੰ ਆਤਮਿਕ ਆਨੰਦ ਪ੍ਰਦਾਨ ਕਰਵਾਇਆ ਗਿਆ। ਬਾਬਾ ਬਲਰਾਮ ਸਿੰਘ ਜੀ ਅਤੇ ਬਾਬਾ ਜਗਤਾਰ ਸਿੰਘ ਟਿੱਕਾ ਜੀ ਦੀ ਚਰਨ ਛੋਹ ਪ੍ਰਾਪਤ ਇਸ ਅਸਥਾਨ ਪ੍ਰਤੀ ਦੇਸ਼ ਵਿਦੇਸ਼ ਦੀ ਸੰਗਤ ਵਿੱਚ ਅਥਾਹ ਸ਼ਰਧਾ ਹੈ। ਅਕਾਲ ਅਕੈਡਮੀ ਗੋਬਿੰਦਪੁਰ ਦੇ ਬੱਚਿਆਂ ਦੇ ਜਥੇ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ। ਸੰਤ ਬਾਬਾ ਜਰਨੈਲ ਸਿੰਘ ਜੀ ਨੌਰੇ ਵਾਲਿਆਂ ਨੇ ਗੁਰੂ ਘਰ ਵਿੱਚ ਲੰਗਰ ਦੀ ਪ੍ਰਥਾ ਤੋਂ ਸੰਗਤ ਨੂੰ ਜਾਣੂ ਕਰਵਾਇਆ। ਸੰਤ ਆਤਮ ਪ੍ਰਕਾਸ਼ ਜੀ ਨੇ ਗੁਰਦੁਆਰਾ ਚੰਡਾ ਜੀ ਦੇ ਪ੍ਰਮੁੱਖ ਸੇਵਾਦਾਰਾਂ ਵੱਲੋਂ ਧਰਮ ਪ੍ਰਚਾਰ ਦੇ ਨਾਲ ਨਾਲ ਮੁੱਖ ਮਾਰਗ ਤੇ ਸ਼ੁਰੂ ਕੀਤੇ ਗਏ ਲੰਗਰ ਦੀ ਭਰਪੂਰ ਸ਼ਲਾਘਾ ਕੀਤੀ। ਸੰਤ ਗਿਰਧਾਰੀ ਲਾਲ ਜੀ ਨੇ ਬਾਬਾ ਬਰਜਿੰਦਰ ਜੀ ਅਤੇ ਬਾਬਾ ਜਸਦੀਪ ਸਿੰਘ ਮੰਗਾ ਵੱਲੋਂ ਆਰੰਭ ਕੀਤੇ ਲੰਗਰ ਕਾਰਜਾਂ ਲਈ ਵਧਾਈ ਪੇਸ਼ ਕੀਤੀ ਅਤੇ ਬੰਗਾ ਨਵਾਂ ਸ਼ਹਿਰ ਮੁੱਖ ਮਾਰਗ ਤੋਂ ਗੁਜ਼ਰਨ ਵਾਲੇ ਯਾਤਰੀਆਂ ਦੀ ਸੁਵਿਧਾ ਲਈ ਲੰਗਰ ਅਸਥਾਨ ਉਸਾਰਨ ਦੇ ਉਪਰਾਲੇ ਦੀ ਵੀ ਤਾਰੀਫ ਕੀਤੀ। ਸੰਤ ਜੋਗਾ ਦਾਸ ਕਰੀਹਾਂ ਵਾਲਿਆਂ ਨੇ ਵੀ ਗੁਰੂ ਅਮਰਦਾਸ ਜੀ ਵੱਲੋਂ ਲਗਾਈ ਸੇਵਾ ਨੂੰ ਨੇਪਰੇ ਚਾੜਨ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਲੰਗਰ ਦੇ ਪਾਵਨ ਅਸਥਾਨ ਚੰਡਾ ਜੀ ਦੇ ਸੇਵਾਦਾਰਾਂ ਵੱਲੋਂ ਧਾਰਮਿਕ ਸਮਾਗਮ ਦੇ 3 ਦਿਨ ਚਾਹ ਅਤੇ ਪਕੌੜਿਆਂ ਦਾ ਲੰਗਰ ਨਿਰਵਿਘਨ ਚਲਾਇਆ ਗਿਆ। ਦੂਰ ਨੇੜੇ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੇ ਪੂਰਾ ਦਿਨ ਚਾਹ ਅਤੇ ਬਾਬੇ ਨਾਨਕ ਦੇ ਖੁੱਲੇ ਲੰਗਰ ਦਾ ਆਨੰਦ ਮਾਣਿਆ। ਚੰਡਾ ਜੀ ਦੇ ਪਾਵਨ ਅਸਥਾਨ ਨਾਲ ਬਾਵਸਤਾ ਟਿੱਕਾ ਜਗਜੀਤ ਸਿੰਘ ਦੀਆਂ ਸੇਵਾਵਾਂ ਅੱਗੇ ਅੱਜ ਵੀ ਸੰਗਤ ਨਤਮਸਤਕ ਹੁੰਦੀ ਹੈ। ਸੇਵਾ ਦੀ ਇਸ ਪਿਰਤ ਨੂੰ ਅੱਗੇ ਤੋਰਨ ਵਿੱਚ ਬਾਬਾ ਗੰਗ ਦਾਸ ਜੀ ਦਾ ਵਿਸ਼ੇਸ਼ ਸਥਾਨ ਰਿਹਾ ਹੈ, ਜਿਨ੍ਹਾਂ ਨੇ ਭਗਤੀ ਮਾਰਗ ਤੇ ਚੱਲਦਿਆਂ ਦੀਨ ਦੁਖੀਆਂ ਦੀ ਸੇਵਾ ਨੂੰ ਹਮੇਸ਼ਾ ਤਰਜੀਹ ਤੇ ਰੱਖਿਆ ਅਤੇ ਜੀਵਨ ਭਰ ਇਸ ਫਰਜ਼ ਨੂੰ ਨਿਭਾਇਆ। ਹਮੇਸ਼ਾ ਦੀ ਤਰ੍ਹਾਂ ਸੰਗਤ ਲਈ ਲੰਗਰ ਬਣਾਉਣ ਦੀ ਸੇਵਾ ਜਿੱਥੇ ਮਾਹਰ ਸੇਵਾਦਾਰਾਂ ਵੱਲੋਂ ਨਿਭਾਈ ਗਈ, ਉੱਥੇ ਲੰਗਰ ਵਰਤਾਉਣ ਦੀ ਸੇਵਾ ਵੀ ਨੌਜਵਾਨ ਸੇਵਕਾਂ ਵੱਲੋਂ ਦਿਨ ਰਾਤ ਨਿਭਾਈ ਗਈ ਅਤੇ ਸਮਾਗਮ ਦੇ 3 ਦਿਨ ਬਾਬੇ ਨਾਨਕ ਦੇ ਲੰਗਰ ਦੀ ਸੇਵਾ ਕਰਦੇ ਰਹੇ। ਗੁਰਦੁਆਰਾ ਚੰਡਾ ਜੀ ਦੇ ਵਰਤਮਾਨ ਸੰਚਾਲਕ ਬਾਬਾ ਬਰਜਿੰਦਰ ਸਿੰਘ ਜੀ ਅਤੇ ਬਾਬਾ ਜਸਦੀਪ ਸਿੰਘ ਜੀ ਮੰਗਾ ਵੱਲੋਂ ਸੰਤ ਮਹਾਂਪੁਰਸ਼ਾਂ ਅਤੇ ਹੋਰ ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਦਾ ਬਣਦਾ ਮਾਣ ਸਤਿਕਾਰ ਕੀਤਾ ਗਿਆ। ਗੁਰਦੁਆਰਾ ਚੰਡਾ ਜੀ ਵੱਲੋਂ ਲੰਗਰ ਅਸਥਾਨ ਤੇ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਦਿਨ ਅਤੇ ਰਾਤ ਵੇਲੇ ਹੋਏ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦਾ ਮਾਣ ਪ੍ਰਾਪਤ ਕੀਤਾ। ਜਥੇਦਾਰ ਕੁਲਵਿੰਦਰ ਸਿੰਘ ਜੀ ਵੱਲੋਂ ਲੰਗਰ ਅਸਥਾਨ ਤੇ ਬਣੇ ਨਵੇਂ ਦਰਬਾਰ ਵਿਖੇ ਲੰਗਰ ਦਾ ਭੋਗ ਲਗਾਉਣ ਲਈ ਉਸ ਅਕਾਲ ਪੁਰਖ ਅੱਗੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਗੁਰੂ ਅਮਰਦਾਸ ਜੀ, ਬਾਬਾ ਗੰਗ ਦਾਸ ਜੀ ਅਤੇ ਬਾਬਾ ਜਵਾਹਰ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਲੰਗਰ ਦੀ ਸ਼ੁਰੂਆਤ ਸੰਤ ਮਹਾਂਪੁਰਸ਼ਾਂ ਨੂੰ ਲੰਗਰ ਛਕਾ ਕੇ ਕੀਤੀ ਗਈ, ਜਿਸ ਉਪਰੰਤ ਬਾਕੀ ਸੰਗਤ ਨੇ ਲੰਗਰ ਛਕਿਆ। ਰਾਤਰੀ ਦੀਵਾਨ ਸਮੇਂ ਭਾਈ ਮੰਗਲ ਸਿੰਘ ਸੋਢੀਆਂ ਵਾਲੇ ਦੇ ਕੀਰਤਨੀ ਜਥੇ ਵੱਲੋਂ ਸ਼ਬਦ ਗਾਇਨ ਨਾਲ ਧਾਰਮਿਕ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਰੱਬ ਦੇ ਪਿਆਰਿਆਂ ਦੀ ਅੱਖੇ ਪਹਿਰ ਦੀ ਸਮਾਧੀ ਲੱਗੀ ਰਹਿੰਦੀ ਹੈ। ਰੱਬ ਦੇ ਪਿਆਰਿਆਂ
ਲਾਡੀ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲਿਆਂ ਦੇ ਜਥੇ ਵੱਲੋਂ ਬਾਬਾ ਗੰਗਦਾਸ ਜੀ ਅਤੇ ਲੰਗਰ ਪ੍ਰਥਾ ਨਾਲ ਸੰਬੰਧਿਤ ਗਾਈਆਂ 20 ਰੱਸੀ ਵਾਰਾਂ ਨੂੰ ਸੰਗਤਾਂ ਚਿਰਾਂ ਤੱਕ ਯਾਦ ਰੱਖਣਗੇ। ਸ਼ਾਂਤੀ ਵਿਖਾਉਣੀ ਵੀ ਪੈ ਜੇ ਸਾਨੂੰ ਬੰਦ ਬੰਦ ਆਪਣਾ ਕਟਾਉਣਾ ਵੀ ਆਉਂਦਾ, ਜੇ ਕਿਤੇ ਲੋੜ ਪੈ ਜੇ ਵੀਰਤਾ ਦੀ ਬਿਨਾਂ ਸਿਰ ਤੋਂ ਲੜ ਕੇ ਵਿਖਾਉਣਾ ਵੀ ਆਉਂਦਾ। ਐਵੇਂ ਨਹੀਂ ਦੇਸ਼ ਵਿਦੇਸ਼ ਵਿੱਚ ਨਾਮਣਾ ਖੱਟਣ ਵਾਲੇ ਢਾਡੀ ਤਰਸੇਮ ਸਿੰਘ ਮੋਰਾਂ ਵਾਲੀ ਦੇ ਜਥੇ ਨੇ ਗੁਰਬਾਣੀ ਦੇ ਉਦੇਸ਼ ਨੂੰ ਢਾਡੀ ਵਾਰਾਂ ਰਾਹੀਂ ਸੰਗਤ ਅੱਗੇ ਰੱਖਿਆ। ਬਾਬਾ ਬਰਜਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਬਾਬਾ ਜਸਦੀਪ ਸਿੰਘ ਮੰਗਾ ਅਤੇ ਜਥੇਦਾਰ ਕੁਲਵਿੰਦਰ ਸਿੰਘ ਜੀ ਵੱਲੋਂ ਆਏ ਹੋਏ ਕੀਰਤਨੀ ਜਥਿਆਂ, ਢਾਡੀ ਜਥਿਆਂ ਅਤੇ ਸੰਤ ਮਹਾਂਪੁਰਸ਼ਾਂ ਨੂੰ ਗੁਰੂ ਘਰ ਦੀ ਬਖਸ਼ਿਸ਼, ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਧਾਰਮਿਕ ਸਮਾਗਮ ਵਿੱਚ ਜਥੇਦਾਰ ਸਵਰਨਜੀਤ ਸਿੰਘ ਪਠਲਾਵਾ, ਸਤਵੀਰ ਸਿੰਘ ਪੱਲੀ ਚਿੱਕੀ, ਜੱਸਾ ਕਲੇਰਾ, ਜਥੇਦਾਰ ਕੁਲਵਿੰਦਰ ਸਿੰਘ, ਪੰਮਾ ਬਾੜੋਵਾਲ, ਮਾਸਟਰ ਦੇਸਰਾਜ, ਦਰਬਜੀਤ ਸਿੰਘ, ਚੌਧਰੀ ਤਰਲੋਚਨ ਸਿੰਘ ਸੂੰਡ, ਹਲਕਾ ਵਿਧਾਇਕ ਬੰਗਾ ਜਗਜੀਤ ਸਿੰਘ ਲਾਲੀ, ਸੰਤ ਜੱਸੋਵਾਲ, ਪ੍ਰਿੰਸ ਖਾਰਾ ਕਰਿਆਮ, ਯੁਵਰਾਜ ਸਿੰਘ ਅਤੇ ਬਾਬਾ ਦਲਜੀਤ ਸਿੰਘ ਕਰੀਹਾ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ। ਗੁਰਦੁਆਰਾ ਚੰਡਾ ਜੀ ਦੇ ਵਰਤਮਾਨ ਸੰਚਾਲਕ ਬਾਬਾ ਬਰਜਿੰਦਰ ਸਿੰਘ ਜੀ ਅਤੇ ਬਾਬਾ ਜਸਦੀਪ ਸਿੰਘ ਜੀ ਮੰਗਾ ਵੱਲੋਂ ਆਰੰਭੇ ਨੇਕ ਕਾਰਜ ਸੰਬੰਧੀ ਬੋਲਦੇ ਹੋਏ ਸਾਡੇ ਪ੍ਰਤੀਨਿਧ ਅਵਤਾਰ ਸਿੰਘ ਗੋਬਿੰਦਪੁਰੀ ਨੇ ਕਿਹਾ ਕਿ ਪੰਜਾਬੀਆਂ ਦਾ ਵਿਰਸਾ ਬਹੁਤ ਹੀ ਅਮੀਰ ਵਿਰਸਾ, ਕਿਉਂਕਿ ਸਾਨੂੰ ਗੁਰੂ ਸਾਹਿਬਾਨ ਵੱਲੋਂ ਇਹ ਉਪਦੇਸ਼ ਦਿੱਤਾ ਗਿਆ ਕਿ ਭੁੱਖੇ ਨੂੰ ਰੋਟੀ ਅਤੇ ਲੋੜਵੰਦ ਦੀ ਮਦਦ ਕੀਤੀ ਜਾਵੇ, ਜਿਨ੍ਹਾਂ ਨੂੰ ਪੰਜਾਬੀਆਂ ਨੇ ਅੱਜ ਤੱਕ ਬਹੁਤ ਹੀ ਵਧੀਆ ਢੰਗ ਦੇ ਨਾਲ ਨਿਭਾਇਆ। ਤੀਸਰੇ ਗੁਰੂ ਗੁਰੂ ਅਮਰਦਾਸ ਜੀ ਨੇ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ 22 ਮੰਜੀਆਂ ਦੀ ਸਥਾਪਨਾ ਕੀਤੀ, ਜਿਨ੍ਹਾਂ ਵਿੱਚੋਂ ਇੱਕ ਮੰਜੀ ਬਾਬਾ ਗੰਗਦਾਸ ਜੀ ਨੂੰ ਬਖਸ਼ੀ ਗਈ। ਉਸ ਗੱਦੀ ਨੂੰ ਅੱਗੇ ਬਾਬਾ ਜਵਾਹਰ ਸਿੰਘ ਜੀ ਨੇ ਬਹੁਤ ਵਧੀਆ ਢੰਗ ਦੇ ਨਾਲ ਨਿਭਾਇਆ। ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਝੰਡਾ ਜੀ ਪਿੰਡ ਖਟਕੜ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਣਿਆ ਹੋਇਆ, ਜਿਸ ਦੇ ਪ੍ਰਮੁੱਖ ਸੇਵਾਦਾਰ ਅੱਜ ਕੱਲ੍ਹ ਬਾਬਾ ਬਰਜਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਪੁੱਤਰ ਬਾਬਾ ਜਸਦੀਪ ਸਿੰਘ ਮੰਗਾ ਜੀ ਕਰ ਰਹੇ ਨੇ। ਸਾਰਾ ਸਾਲ ਜਿੱਥੇ ਗੁਰਦੁਆਰਾ ਝੰਡਾ ਜੀ ਵਿਖੇ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਕਾਰਜ ਹੁੰਦੇ ਰਹਿੰਦੇ ਨੇ, ਉੱਥੇ ਗੁਰਦੁਆਰਾ ਝੰਡਾ ਜੀ ਵਿਖੇ ਲੰਗਰ ਵੀ ਨਿਰਵਿਘਨ ਚੱਲ ਰਿਹਾ। ਪਰ ਇਸੇ ਲੜੀ ਨੂੰ ਬਾਬਾ ਬਰਜਿੰਦਰ ਸਿੰਘ ਜੀ ਅਤੇ ਬਾਬਾ ਜਸਦੀਪ ਸਿੰਘ ਮੰਗਾ ਜੀ ਦੀ ਵਧੀਆ ਸੋਚ ਸਦਕਾ ਇਸ ਦਾ ਹੋਰ ਪਾਸਾਰ ਕਰਨ ਦੇ ਲਈ ਬੰਗਾਨਾਮਾ ਸ਼ਹਿਰ ਮੁੱਖ ਸੜਕ 'ਤੇ ਜਿੱਥੇ ਜ਼ਮੀਨ ਖਰੀਦੀ ਗਈ, ਉੱਥੇ ਲੰਗਰ ਹਾਲ ਅਤੇ ਲੰਗਰ ਅਸਥਾਨ ਦੀ ਗੁਰੂ ਅਮਰਦਾਸ ਜੀ, ਬਾਬਾ ਜਵਾਹਰ ਸਿੰਘ ਜੀ ਔਰ ਬਾਬਾ ਗੰਗਦਾਸ ਜੀ ਦੀ ਯਾਦ ਵਿੱਚ ਉਸਾਰੀ ਕੀਤੀ ਗਈ ਹੈ। ਲੰਗਰ ਨੂੰ ਸ਼ੁਰੂ ਕਰਨ ਦੇ ਲਈ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਕੀਰਤਨ ਦਰਬਾਰ ਹੋਇਆ ਅਤੇ ਰਾਤਰੀ ਦੀਵਾਨ ਦੇ ਵਿੱਚ ਢਾਡੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੀ ਸੰਗਤ ਤੋਂ ਇਲਾਵਾ ਦੇਸ਼ ਵਿਦੇਸ਼ ਦੀ ਸੰਗਤ ਨੇ ਵੀ ਬਹੁਤ ਵੱਧ ਚੜ੍ਹ ਕੇ ਹਿੱਸਾ ਪਾਇਆ ਅਤੇ ਇਸ ਨੇਕ ਕਾਰਜ ਲਈ ਬਾਬਾ ਬਰਜਿੰਦਰ ਸਿੰਘ ਜੀ ਔਰ ਬਾਬਾ ਜਸਦੀਪ ਸਿੰਘ ਜੀ ਮੰਗਾ ਦਾ ਬਹੁਤ ਹੀ ਧੰਨਵਾਦ ਕੀਤਾ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ
ਕਿ ਬਾਬਾ ਬਰਜਿੰਦਰ ਸਿੰਘ ਜੀ ਔਰ ਬਾਬਾ ਜਸਦੀਪ ਸਿੰਘ ਜੀ ਮੰਗਾਂ ਨੂੰ ਉਹ ਅਕਾਲ ਪੁਰਖ ਬਲ ਬਖਸ਼ੇ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਸ ਤੋਂ ਵੀ ਵੱਧ ਚੜ੍ਹ ਕੇ ਨੇਕ ਕਾਰਜ ਕਰਦੇ ਰਹਿਣ।